ਲੁਧਿਆਣਾ ਦੇ ਸ਼ੇਰਪੁਰ ਚੌਂਕ ਨਜ਼ਦੀਕ ਗੈਸਪੁਰਾ ਰੇਲਵੇ ਫਾਟਕ ਕੋਲ ਇੱਕ ਵੱਡਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਜਾਣਕਾਰੀ ਦੇ ਅਨੁਸਾਰ ਗੈਸਪੁਰਾ ਫਾਟਕ ਦੇ ਸ਼ਤਾਬਦੀ ਟ੍ਰੇਨ ਹੇਠ ਆਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ, ਜਦੋਂ ਕਿ ਤਿੰਨ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਹੀ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਰਤਨਜੀਤ ਅਤੇ ਲੜਕੀ ਗੁਰਪ੍ਰੀਤ ਕੌਰ ਹਨ, ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਦੇ SDM ਅਮਰਜੀਤ ਬੈਂਸ ਵੱਲੋਂ ਕੀਤੀ ਗਈ। ਖਬਰ ਇਹ ਵੀ ਮਿਲ ਰਹੀ ਹੈ ਕਿ ਇਸ ਹਾਦਸੇ ਦੇ ਸਮੇਂ ਰੇਲਵੇ ਫਾਟਕ ਬੰਦ ਸੀ, ਜਿਸ ਦੌਰਾਨ ਕੁਝ ਮੋਟਰਸਾਈਕਲ ਸਵਾਰ ਜਲਦੀ ਜਲਦੀ ਰੇਲਵੇ ਕਰੋਸਿੰਗ ਪਾਰ ਕਰ ਰਹੇ ਸਨ। ਇਸੇ ਦੌਰਾਨ ਹੀ ਟ੍ਰੇਨ ਆ ਗਈ ਅਤੇ ਇਹ ਸਾਰੇ ਜਾਣੇ ਟ੍ਰੇਨ ਦੀ ਲਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਕਰੀਬ 25 ਮਿੰਟ ਤੱਕ ਇਹ ਟ੍ਰੇਨ ਘਟਨਾ ਵਾਲੇ ਸਥਾਨ 'ਤੇ ਰੁਕੀ ਵੀ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫਾਟਕ ਉਸ ਵੇਲੇ ਖੁੱਲ੍ਹੇ ਹਨ ਅਤੇ ਉਦੋਂ ਹੀ ਹਾਦਸਾ ਵਾਪਰਿਆ ਹੈ ਅਤੇ ਪਰਿਵਾਰ ਨੇ ਇਸ ਹਾਦਸੇ ਨੂੰ ਫਾਟਕ 'ਤੇ ਤੈਨਾਤ ਰੇਲਵੇ ਮੁਲਾਜ਼ਮ ਦੀ ਗਲਤੀ ਦੱਸਿਆ ਹੈ। ਜਦੋਂ ਕਿ SDM ਅਮਰਜੀਤ ਬੈਂਸ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਉਹਨਾਂ ਕਿਹਾ ਕਿ 5 ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰਿਆ ਹੈ।